ਡੇਲੀ ਪੋਸਟ ਨੂੰ ਪੰਜਾਬੀਆਂ ਦੇ ਵੱਲੋਂ ਜੋ ਪਿਆਰ ਦਿੱਤਾ ਜਾ ਰਿਹਾ ਉਸਦਾ 11 ਮਹੀਨਿਆਂ ਦੇ ਵਿੱਚ ਹੀ ਪੰਜਾਬ ਦੀ ਪਹਿਲੀ ਪਸੰਦ ਬਣਿਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ। ਪੰਜਾਬੀਆਂ ਦੀ ਆਵਾਜ਼ ਚੁੱਕਦਾ, ਪੰਜਾਬੀਆਂ ਨੂੰ ਪਸੰਦ ਆ ਰਿਹਾ, ਇਸ ਕਰਕੇ ਲੋਕ ਜਿਹੜਾ ਉਹ ਪਿਆਰ ਵੀ ਦੇ ਰਹੇ ਆ। ਡੇਲੀ ਪੋਸਟ ਦੇ ਵੱਲੋਂ ਜੋ ਉਪਲਬਧੀ ਕੁਝ ਹੀ ਮਹੀਨਿਆਂ ਦੇ ਵਿੱਚ ਹਾਸਲ ਕੀਤੀ ਗਈ ਆ ਤਾਂ ਉਹ ਲੋਕਾਂ ਦਾ ਪਿਆਰ ਹੀ ਹੈ। ਲੋਕਾਂ ਦੇ ਵੱਲੋਂ ਜੋ ਮਾਣ ਸਨਮਾਨ ਦਿੱਤਾ ਜਾ ਰਿਹਾ ਤਾਂ ਉਸਦਾ ਡੇਲੀ ਪੋਸਟ ਹਮੇਸ਼ਾ ਰਿਣੀ ਰਹੇਗਾ। TRP ਦੇ ਮਾਮਲੇ ਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਡੇਲੀ ਪੋਸਟ ਪਹੁੰਚ ਚੁੱਕਿਆ। 100 ਸੋਚ ਨੂੰ ਲੈ ਕੇ ਮੈਂ ਚੱਲਦਾ ਗਿਆ, ਲੋਕ ਜੁੜਦੇ ਗਏ, ਕਾਰਵਾਂ ਬਣਦਾ ਗਿਆ। 25 ਸਾਲਾਂ ਦੇ ਲੰਬੇ ਤਜਰਬੇ ਸਦਕਾ ਰੱਖੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਬੁਨਿਆਦ। ਮੈਦਾਨ ਭਾਵੇਂ ਖੇਡ ਦਾ ਹੋਵੇ ਜਾਂ ਸਿਆਸਤ ਦਾ, ਖਬਰ ਦੇ ਹਰ ਪਹਿਲੂ ਨੂੰ ਵੇਖਣ ਤੇ ਸਮਝਣ ਦਾ ਨਜ਼ਰੀਆ। ਖਾਸ ਤੌਰ ਤੇ ਜਗਦੀਪ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ, ਬਹੁਤ ਹੀ ਵਧੀਆ ਐਸਟੈਬਲਿਸ਼ਮੈਂਟ ਜਿਸ ਤਰ੍ਹਾਂ ਤੁਸੀਂ ਇਹ ਬਣਾਇਆ। When somebody sees ਕਿ ਡੇਲੀ ਪੋਸਟ ਕੁਝ ਦਿਖਾ ਰਿਹਾ ਹੈ ਤੇ ਉਹਨੂੰ ਯਕੀਨ ਹੈ ਕਿ ਡੇਲੀ ਪੋਸਟ ਦਿਖਾ ਰਿਹਾ ਹੈ। ਦਫ਼ਤਰ ਜਾ ਕੇ ਬੜਾ ਮਨ ਖੁਸ਼ ਹੋਇਆ ਕਿ ਇੰਡਾ ਤੁਸੀਂ ਡਿਵੈਲਪਮੈਂਟ ਕੀਤੀ ਹੈ ਪੰਜਾਬ ਨੂੰ ਔਰ ਪੰਜਾਬੀ ਦੀ। ਹਰ ਚੀਜ਼ ਦੇ ਉੱਤੇ ਇੱਕ ਨਿਗਾਹ ਹੁੰਦੀ ਹੈ ਤੁਹਾਡੀ ਔਰ ਹਰ ਮਸਲੇ ਨੂੰ ਅੱਛੇ ਬੜੇ ਅੱਛੇ ਤਰੀਕੇ ਨਾਲ ਭਾਲਦੇ। ਬੜਾ ਆਫਿਸ ਵੀ ਦੇਖਿਆ ਤਾਂ ਬਹੁਤ ਸੋਹਣਾ, ਮੈਨੂੰ ਵਾਕਿਆ ਬੜਾ ਇੰਟਰਸਿਵ ਹੈ। ਜਗਦੀਪ ਸਿੰਘ ਸੰਧੂ ਦੇ ਤਜਰਬੇ ਤੇ ਯੋਗ ਅਗਵਾਈ 'ਚ ਮਹਿਜ਼ 1 ਸਾਲ 'ਚ ਬਣਾਈ ਪੰਜਾਬੀਆਂ ਦੇ ਦਿਲਾਂ 'ਚ ਥਾਂ। ਨਮਸਤੇ, ਸਤਿ ਸ਼੍ਰੀ ਅਕਾਲ, ਨਿਊਜ਼ ਰੂਮ ਲਾਈਵ ਤੁਹਾਡਾ ਸਵਾਗਤ ਹੈ। ਮੈਂ ਹਾਂ ਨਿਤਿਕਾ ਮਹੇਸ਼ਵਰੀ, ਮੈਂ ਤੁਹਾਡੇ ਨਾਲ ਬਾਤ ਕਰ ਰਹੀ ਹਾਂ। ਮੈਂ ਹਾਂ ਆਪਕੇ ਸਾਥ ਸ਼੍ਰੇਆ ਸ਼ਰਮਾ, ਮੈਂ ਜਸਤਿੰਦਰ ਸਿੰਘ ਮਹਿਰੂ ਤੇ ਮੈਂ ਬਲਦੀਪ ਸਿੰਘ। ਤੁਹਾਡਾ ਪਿਆਰ ਤੇ ਹੱਲਾ ਸ਼ੇਰੀ ਦਿੰਦੀ ਸਾਨੂੰ ਸੱਚ ਬੋਲਣ ਦੀ ਤਾਕਤ। ਜਰਨਲਿਜ਼ਮ ਆਫ ਹੋਪ। ਤਾਂ 1 ਸਾਲ ਕਿਵੇਂ ਬੇਮਿਸਾਲ ਰਿਹਾ ਔਰ ਲੋਕਾਂ ਦੇ ਵੱਲੋਂ ਜੋ ਮਾਨ ਸਨਮਾਨ ਦਿੱਤਾ ਗਿਆ ਉਸਦੇ ਲਈ ਸਾਡਾ ਜੋ ਸਟਾਫ ਹੈ ਜਾਂ ਸਾਡੀ ਜੋ ਟੀਮ ਹੈ, ਸਾਡੀ ਟੀਮ ਦੇ ਅਗਵਾਈ ਕਰਨ ਵਾਲੇ ਤਾਂ ਉਹ ਸਾਰੇ ਹੀ ਬਹੁਤ ਬਹੁਤ ਰੈਡੀ ਹੈ। ਸਾਡੇ ਨਾਲ ਐਸੋਸੀਏਟ ਐਡੀਟਰ ਨਿਤਿਕਾ ਮਹੇਸ਼ਵਰੀ ਵੀ ਜੁੜੇ ਹੋਏ ਆ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਨਿਤਿਕਾ, ਜੋ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੇ ਮਾਨ ਸਨਮਾਨ ਦਿੱਤਾ ਹੈ ਉਹ ਘੱਟ ਨਹੀਂ ਹੈ ਔਰ ਇੰਨੇ ਘੱਟ ਸਮੇਂ ਦੇ ਵਿੱਚ ਅਜਿਹਾ ਮਾਨ ਸਨਮਾਨ ਕਿਸੇ ਨੂੰ ਮਿਲਦਾ, ਕੀ ਵੱਡਾ ਕਾਰਨ ਮੰਨਦੇ ਹੋ ਔਰ ਇਸ ਦੇ ਉੱਤੇ ਕੀ ਪਹਿਲੀ ਪ੍ਰਤੀਕਰਮ ਤੁਹਾਡਾ? ਜਤਿੰਦਰ, ਜਿਵੇਂ ਜਿਵੇਂ ਤਾਪਮਾਨ ਵੱਧ ਰਿਹਾ ਉਵੇਂ ਹੀ ਸਾਡੀ TRP ਵੱਧ ਰਹੀ ਹੈ। ਇਸਦਾ ਕਾਰਨ ਇਹ ਵੀ ਹੈ ਕਿ ਸਾਡੀ ਟੀਮ ਜਿਹੜੀਆਂ ਨੇ ਉਹ ਸਟੂਡੀਓ 'ਚ ਆ ਕੇ ਨਹੀਂ ਬੈਠੀਆਂ, ਉਹ ਇੰਨੀ ਗਰਮੀ ਦੇ ਵਿੱਚ ਵੀ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੀਆਂ ਨੇ, ਕਵਰੇਜ ਕਰ ਰਹੀਆਂ ਨੇ, ਕਿਉਂਕਿ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਮਹਾਂਪਰਵ ਯਾਨੀ ਕਿ ਚੋਣਾਂ ਦਾ ਸੀਜ਼ਨ ਚੱਲ ਰਿਹਾ ਅਤੇ 1 ਤਰੀਕ ਨੂੰ ਵੋਟਾਂ ਪੈਣੀਆਂ ਨੇ। ਹਾਲਾਂਕਿ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 25 ਤਰੀਕ ਨੂੰ ਪੈਣੀਆਂ ਨੇ, ਤਾਂ ਸਾਡੀ ਜਿਹੜੀਆਂ ਟੀਮਸ ਨੇ ਚਾਹੇ ਉਹ ਪੰਜਾਬ ਦੀਆਂ ਹੋਣ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਉਹ ਸਾਰੀਆਂ ਲਗਾਤਾਰ ਕਵਰੇਜ ਕਰ ਰਹੀਆਂ ਨੇ। ਮਹਿਜ਼ 11 ਮਹੀਨੇ ਹੋਏ ਨੇ ਸਾਨੂੰ ਸਾਰੇ ਨੈਟਵਰਕਸ 'ਤੇ ਆਏ ਹੋਏ ਅਤੇ ਲੋਕਾਂ ਵੱਲੋਂ ਲਗਾਤਾਰ ਪਿਆਰ ਮਿਲ ਰਿਹਾ ਹੈ। ਜੇ ਅਸੀਂ ਰੂਰਲ ਏਰੀਆ ਦੀ ਗੱਲ ਕਰੀਏ ਯਾਨੀ ਕਿ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਸਾਡੀ TRP ਲਗਾਤਾਰ ਵੱਧ ਰਹੀ ਹੈ, ਯਾਨੀ ਕਿ ਪਿੰਡਾਂ ਦੀ ਅਸੀਂ ਪਹਿਲੀ ਪਸੰਦ ਬਣ ਗਏ ਹਾਂ, ਨਾਲ ਹੀ ਉਹ ਸਾਡੇ 'ਤੇ ਵਿਸ਼ਵਾਸ ਕਰਦੇ ਨੇ। ਅਸੀਂ ਜਦੋਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਡੇਲੀ ਪੋਸਟ ਦੇਖਦੇ ਹਾਂ ਕਿਉਂਕਿ ਤੁਸੀਂ ਬਾਇਸਡ ਨਹੀਂ ਹੋ, ਇੱਕ ਤਰਫਾ ਗੱਲ ਨਹੀਂ ਕਰਦੇ, ਤੁਸੀਂ ਸਾਰੀ ਪਾਰਟੀਆਂ ਦੀ ਗੱਲ ਰੱਖਦੇ ਹੋ, ਇਸਦੇ ਨਾਲ ਹੀ ਲੋਕਾਂ ਦੀ ਆਵਾਜ਼ ਚੁੱਕਦੇ ਹੋ। ਦੇਖੋ, ਅਸੀਂ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਸ਼ੁਰੂ ਕੀਤੇ, ਜਿਵੇਂ ਤੁਹਾਡਾ ਮੁੱਦਾ ਸਾਡੀ ਜ਼ਿੰਮੇਦਾਰੀ, ਰਤਾ ਫਰਕ ਨਹੀਂ ਪੈਂਦਾ, ਅਸੀਂ ਇੱਕ ਪ੍ਰੋਗਰਾਮ ਦਿਖਾਉਂਦੇ ਹਾਂ ਜਿਹਦੇ ਵਿੱਚ ਇਹ ਦਿਖਾਉਂਦੇ ਹਾਂ ਕਿ ਕਿੱਥੇ ਐਡਮਿਨਿਸਟ੍ਰੇਸ਼ਨ ਫੇਲ ਰਿਹਾ, ਕਿੱਥੇ ਸਰਕਾਰਾਂ ਫੇਲ ਰਹੀਆਂ ਅਤੇ ਕਿੱਥੇ ਸਮਾਜ ਦੀ ਵੀ ਜ਼ਿੰਮੇਦਾਰੀ ਬਣਦੀ ਸੀ।
ਅਸੀਂ ਉਸ ਦੇ ਵਿੱਚ ਵੀ ਸਾਰੇ ਇਸ ਤਰ੍ਹਾਂ ਦੇ ਪੈਕੇਜਸ ਦਿਖਾਉਂਦੇ ਹਾਂ। ਇਸ ਦੇ ਨਾਲ ਹੀ ਈਵਨਿੰਗ ਪਹਿਲਾਂ ਅਸੀਂ ਦ ਡੇਲੀ ਪੋਸਟ ਸ਼ੋਅ ਕਰ ਰਹੇ ਸੀ, ਉਹਦੇ ਵਿੱਚ ਅਸੀਂ ਅਲੱਗ ਅਲੱਗ ਮੁੱਦੇ ਚੁੱਕ ਰਹੇ ਸੀਗੇ, ਚਾਹੇ ਉਹ ਹੈਲਥ ਨਾਲ ਜੁੜੇ ਸੀ, ਸਾਡੀ ਦੇਸ਼ ਦੀ ਹੈਲਥ ਨਾਲ ਜੁੜੇ ਸੀ ਯਾਨੀ ਕਿ ਇਕੋਨਮੀ ਦੇ ਨਾਲ ਜੁੜੇ ਸੀ, ਜਾਂ ਫਿਰ ਹੋਰ ਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਕਰਪਸ਼ਨ ਹੋਵੇ, ਅਸੀਂ ਉਹ ਮੁੱਦੇ ਵੀ ਦਿਖਾਏ। ਪਰ ਕਿਉਂਕਿ ਹੁਣ ਚੋਣਾਂ ਦਾ ਸਮਾਂ ਸੀ, ਇਹੀ ਕਾਰਨ ਹੈ ਕਿ ਅਸੀਂ ਹਰ ਕੰਸਟੀਟੂਐਂਸੀ ਦੇ ਵਿੱਚ ਗਏ, ਇੱਕ ਵੀ ਥਾਂ ਅਸੀਂ ਪੰਜਾਬ ਦੀ ਛੱਡੀ ਨਹੀਂ, ਲੋਕਾਂ ਕੋਲ ਗਏ। ਇਸ ਦੇ ਨਾਲ ਹੀ ਪਾਰਟੀਆਂ ਦੇ ਨੁਮਾਇੰਦਿਆਂ ਕੋਲ ਗਏ ਕਿ ਆਖਿਰ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ। ਮੈਂ ਆਉਣਾ ਤੁਹਾਡੇ ਕੋਲ ਦੁਬਾਰਾ ਆਉਣਾ, ਸਾਡੇ ਨਾਲ ਐਡੀਟਰ ਇਨ ਚੀਫ ਵੀ ਜੁੜੇ ਹੋਏ ਨੇ, ਕਿਉਂਕਿ ਇੱਕ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਅੱਗੇ ਲੱਗ ਕੇ ਚੱਲਣ ਵਾਲੇ ਹੁੰਦੇ ਆ ਜਾਂ ਅਗਵਾਈ ਦੇਣ ਵਾਲੇ ਹੁੰਦੇ ਆ ਟੀਮ ਨੂੰ, ਤਾਂ ਜਦੋਂ ਉਹ ਤਕੜੇ ਹੋਣ, ਉਹ ਮਜ਼ਬੂਤ ਹੋਣ, ਤਾਂ ਫਿਰ ਟੀਮ ਵੀ ਉਸ ਮੰਜ਼ਿਲ ਨੂੰ ਸਿਖਾਲਿਆਂ ਹੀ ਤੈਅ ਕਰ ਲੈਂਦੀ ਹੈ ਜਿਸ ਮੰਜ਼ਿਲ ਦੇ ਉੱਤੇ ਪਹੁੰਚਣਾ ਹੁੰਦਾ, ਜੋ ਟੀਚਾ ਜਿਹੜਾ ਉਹ ਮਿੱਥਿਆ ਹੁੰਦਾ। ਤਾਂ ਆਪਾਂ ਉਹਨਾਂ ਤੋਂ ਵੀ ਜ਼ਰੂਰ ਇਸ ਦੇ ਉੱਤੇ ਜਾਣਨੇ ਚਾਹਾਂਗੇ ਕਿ ਸਫ਼ਰ ਜਿਹੜਾ ਉਹ ਕਿਵੇਂ ਰਿਹਾ ਔਰ ਕੀ ਅਜਿਹੀ ਸੋਚ ਸੀਗੀ, ਕਿਉਂਕਿ ਇੱਕ ਸੋਚ ਨੂੰ ਲੈ ਕੇ ਚੱਲਣਾ ਪੈਂਦਾ ਜੇ ਇਸ ਮੁਕਾਮ ਦੇ ਉੱਤੇ ਪਹੁੰਚਣਾ ਹੋਵੇ। ਜਗਦੀਪ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ, ਔਰ ਅੱਜ ਜੋ ਮਾਨ ਸਨਮਾਨ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ, ਪੰਜਾਬੀ ਜੋ ਮਾਨ ਸਨਮਾਨ ਡੇਲੀ ਪੋਸਟ ਪੰਜਾਬ ਹਰਿਆਣਾ ਨੂੰ ਹਿਮਾਚਲ ਨੂੰ ਦੇ ਰਹੇ ਹੈ, ਕੀ ਕੁਝ ਕਹਿਣਾ ਚਾਹੁੰਦੇ ਹੋ ਜੀ ਉਸ 'ਤੇ? ਜਤਿੰਦਰ, ਮੈਂ ਕਹਾਂਗਾ ਇੱਕ ਤਾਂ ਟੀਮ ਵਰਕ ਸੀਗਾ, ਔਰ ਇਹ ਜਿਹੜਾ ਮਾਨ ਸਨਮਾਨ ਹੈ ਇਹ ਪੰਜਾਬੀਆਂ ਦਾ, ਕਿਉਂਕਿ ਸਮਾਂ ਬੜਾ ਔਖਾ ਹੈ ਇਸ ਵੇਲੇ ਜਿਹੜਾ ਇੱਕ ਜਰਨਲਿਜ਼ਮ ਕਰਨਾ, ਜੇ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਰਨੇ ਆ, ਲੋਕਾਂ ਦੀ ਆਵਾਜ਼ ਬਣਨਾ ਬਹੁਤ ਜ਼ਰੂਰੀ ਸੀਗਾ। ਬਹੁਤ ਸਾਰੀਆਂ ਚੁਣੌਤੀਆਂ ਸੀ, ਕਿਉਂਕਿ ਇੱਕ ਨਵਾਂ ਚੈਨਲ ਸੀਗਾ ਔਰ ਜਿਹੜੇ ਰਵਾਇਤੀ ਚੈਨਲ ਸੀਗੇ ਜਿਹੜੇ ਕਿ 20-20 ਸਾਲ ਤੋਂ ਚੱਲ ਰਹੇ ਸੀ ਪੰਜਾਬ ਦੇ ਵਿੱਚ, ਉਹਨਾਂ ਨੂੰ ਪਛਾੜਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਚੈਲੰਜ ਸੀ। ਲੇਕਿਨ ਅਸੀਂ ਜਿਵੇਂ ਵੀਡੀਓ ਦੇਖ ਰਹੇ ਸੀ ਕਿ ਬਿਲਡਿੰਗ ਬਣੀ, ਬਿਲਡਿੰਗ ਨੂੰ ਉਹਦੇ ਵਿੱਚ ਜਿਵੇਂ ਰੋਜ਼ ਅਸੀਂ ਦੇਖਦੇ ਸੀ ਕਦੀ ਸ਼ੀਸ਼ੇ ਲੱਗ ਰਹੇ, ਕਦੀ ਮਸ਼ੀਨਰੀ ਲੱਗ ਰਹੀ ਹੈ, ਤੇ ਆਫਟਰ ਆਲ ਜੂਨ ਦੇ ਵਿੱਚ ਜਦੋਂ ਅਸੀਂ ਔਨ ਏਅਰ ਹੋਏ, ਜਦੋਂ ਸਾਰੇ ਅਸੀਂ ਟਾਟਾ ਸਕਾਈ ਦੀ ਗੱਲ ਕਰੀਏ, ਏਅਰਟੈਲ ਦੀ ਗੱਲ ਕਰੀਏ ਜਾਂ ਫਾਸਟਵੇ ਦੀ ਗੱਲ ਕਰੀਏ, ਜਦੋਂ ਉੱਥੇ ਆਏ ਤੇ ਉਸ ਵੇਲੇ ਅਸੀਂ ਬਾਰ ਕ੍ਰੀਏਟਿੰਗ ਜਿਹੜੀ ਹੁੰਦੀ ਹੈ, ਜਿਹੜੀ ਇੱਕ ਅਦਾਰਾ ਹੈ ਜਿਹੜਾ ਹਰ ਬੁੱਧਵਾਰ ਰਾਤ ਨੂੰ ਸਾਨੂੰ ਪਿਛਲੇ ਇੱਕ ਹਫ਼ਤੇ ਦੀ TRP ਦਿੰਦਾ। ਸੋ ਦਰਸ਼ਕਾਂ ਨੂੰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਹਰ ਹਫ਼ਤੇ ਹਰ ਵੀਰਵਾਰ TRP ਜਿਹੜੀ ਹੈ, ਟੈਲੀ ਰੇਟਿੰਗ ਪੁਆਇੰਟ ਕਹਿੰਦੇ ਇਹਨੂੰ, ਉਹ ਰਿਲੀਜ਼ ਕੀਤੀ ਜਾਂਦੀ ਹੈ ਕਿ ਕਿਸ ਚੈਨਲ ਨੇ ਪਿਛਲੇ ਇੱਕ ਹਫ਼ਤੇ 'ਚ ਕੀ ਉਹ ਕੀਤਾ। ਸੋ ਇਹ ਕਮਾਲ ਸਾਡਾ ਅਤੇ ਚਲੋ ਜਿੰਨਾ ਵੀ ਹੈ ਹੀ ਹੈ, ਕਮਾਲ ਹੈ ਲੋਕਾਂ ਦਾ ਪੰਜਾਬ ਦੇ, ਕਿਉਂਕਿ ਉਹਨਾਂ ਨੇ ਸਾਫ਼ ਸੁਥਰਾ ਜਰਨਲਿਜ਼ਮ ਜਿਹੜਾ ਹੈ ਉਹਨੂੰ ਸਰਾਇਆ। ਅਸੀਂ ਗੱਲ ਕਰ ਰਹੇ ਹਾਂ ਜਰਨਲਿਜ਼ਮ ਆਫ ਹੋਪ, ਜਰਨਲਿਜ਼ਮ ਆਫ ਯਾਨੀ ਕਿ ਉਮੀਦ, ਔਰ ਇੱਕ ਮੈਂ ਹਮੇਸ਼ਾ ਕਹਿੰਦਾ ਨਾ ਉਮੀਦਗੀ ਦਾ ਵਕਤ ਹੈ, ਸਰਕਾਰਾਂ ਦਾ ਦਬਾਅ ਹੈ, ਪੋਲੀਟੀਕਲ ਪਾਰਟੀਜ਼ ਦਾ ਦਬਾਅ ਹੈ, ਬਹੁਤ ਸਾਰੇ ਜਿਹੜੇ ਹੋਰ ਤਰ੍ਹਾਂ ਜਿਹੜੇ ਹੋਰ ਫੈਕਟਰਸ ਨੇ ਜਿਹੜੇ ਜਰਨਲਿਜ਼ਮ ਨੂੰ ਤਬਾਹ ਕਰਨ ਤੇ ਤੁਲੇ ਹੋਏ ਆ। ਲੇਕਿਨ ਅਸੀਂ ਆਪਣਾ ਇੱਕ ਨਵਾਂ ਰਸਤਾ ਬਣਾਇਆ, ਔਰ ਕਈ ਵਾਰ ਲੱਗਿਆ ਕਿ ਸ਼ਾਇਦ TRP ਨਹੀਂ ਆਏਗੀ, ਲੋਕ ਪਸੰਦ ਨਹੀਂ ਕਰ ਰਹੇ, ਲੇਕਿਨ ਨਾ ਸਿਰਫ ਸਾਨੂੰ TRP ਦੇ ਵਿੱਚ ਹੋਇਆ, ਔਰ ਹੁਣ ਜਦੋਂ ਇਲੈਕਸ਼ਨ ਵੇਲੇ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਉੱਥੇ ਲੋਕ ਜਦੋਂ ਦੱਸਦੇ ਆ ਕਿ ਤੁਹਾਡੇ ਆਹ ਪ੍ਰੋਗਰਾਮ ਬਹੁਤ ਚੰਗੇ ਨੇ, ਤੁਸੀਂ ਆਹ ਹਟ ਕੇ ਦਿਖਾ ਰਹੇ ਹੋ, ਤੁਸੀਂ ਨਿਰਪੱਖ ਖ਼ਬਰਾਂ ਦਿਖਾਉਂਦੇ ਹੋ, ਤੇ ਉਸ ਵੇਲੇ ਬਹੁਤ ਮੈਂ ਮਾਣ ਮਹਿਸੂਸ ਹੁੰਦਾ ਹੈ ਕਿ ਜੋ ਜੁਝਾਰ ਗਰੁੱਪ ਨੇ ਡੇਲੀ ਪੋਸਟ ਚੈਨਲ ਨੂੰ ਮਾਰਕੀਟ 'ਚ ਉਤਾਰਿਆ ਸੀ, ਅੱਜ ਉਹ ਪੰਜਾਬ ਦੀ ਇੱਕ ਪਹਿਲੀ ਪਸੰਦ ਬਣ ਚੁੱਕਿਆ। ਮੈਨੂੰ ਨਹੀਂ ਲੱਗਦਾ ਕਿ TV ਦੇ ਇਤਿਹਾਸ ਵਿੱਚ ਕੋਈ ਅਜਿਹਾ ਚੈਨਲ ਹੋਏਗਾ ਜਿਹਨੇ 11 ਮਹੀਨਿਆਂ ਦੇ ਸਫ਼ਰ ਵਿੱਚ ਐਡਾ ਵੱਡਾ ਮੁਕਾਮ ਹਾਸਲ ਹੋਏਗਾ, ਔਰ ਇਹ ਮੁਕਾਮ ਸਿਰਫ਼ ਔਰ ਸਿਰਫ਼ ਪੰਜਾਬ ਦੀ ਆਵਾਮ, ਜਿਹੜੇ ਪੰਜਾਬੀ ਜਿੱਥੇ ਵੀ ਬੈਠੇ ਨੇ, ਚਾਹੇ ਉਹ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ, ਉੱਥੋਂ ਵੀ ਕਾਲਸ ਕਰਕੇ ਸਾਡੇ ਚੈਨਲ ਨਾਲ ਜੁੜਦੇ ਰਹਿੰਦੇ ਆ। ਸੋ ਬੜਾ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਚੰਗੇ ਜਰਨਲਿਜ਼ਮ ਦੀ ਜਿਹੜੀ ਹੈ ਉਹਦੀ ਪ੍ਰਸ਼ੰਸਾ ਹੋ ਰਹੀ ਹੈ, ਕਿਉਂਕਿ ਠੀਕ ਹੈ ਬਹੁਤ ਸਾਰੇ ਚੈਨਲ ਜਿਹੜੇ ਆ ਉਹ TRP ਲਈ ਬਹੁਤ ਉਲਟੇ ਸਿੱਧੇ ਐਕਸਪੈਰੀਮੈਂਟ ਕਰਦੇ ਆ, ਲੇਕਿਨ ਅਸੀਂ ਸੱਚ ਦਾ ਰਸਤਾ ਸੁਣਿਆ, ਸਰਕਾਰਾਂ ਦੇ ਦਬਾਅ ਦੇ ਬਾਵਜੂਦ ਅਸੀਂ ਬਹੁਤ ਕੀਮਤ ਅਦਾ ਕੀਤੀ ਉਸ ਚੀਜ਼ ਦੀ, ਲੇਕਿਨ ਅਸੀਂ ਝੁਕੇ ਨਹੀਂ, ਅਸੀਂ ਵੱਧਦੇ ਰਹੇ। ਅਸੀਂ ਕਿਸੇ ਨਾਲ ਕੋਈ ਵੀ ਪੋਲੀਟੀਕਲ ਪਾਰਟੀ ਅੱਜ ਸਾਨੂੰ ਇਹ ਨਹੀਂ ਕਹਿ ਸਕਦੀ ਕਿ ਅਸੀਂ ਉਹਨਾਂ ਨੂੰ ਨਹੀਂ ਦਿਖਾਉਂਦੇ। ਸੋ ਇਹ ਇੱਕ ਅਜਿਹਾ ਪਲੇਟਫਾਰਮ ਹੈ
ਜਿੱਥੇ ਹਰ ਪੋਲੀਟੀਕਲ ਪਾਰਟੀ ਦੀ ਆਵਾਜ਼ ਉਹਨੂੰ ਅਸੀਂ ਆਵਾਜ਼ ਦਿੰਦੇ ਹਾਂ ਔਰ ਖਾਸ ਤੌਰ 'ਤੇ ਅਸੀਂ ਆਵਾਮ ਜਿਹੜੀ ਪਬਲਿਕ ਹੈ ਪੰਜਾਬ ਦੀ ਉਹਨੂੰ ਅਸੀਂ ਆਵਾਜ਼ ਦਿੰਦੇ ਹਾਂ, ਕਿਉਂਕਿ ਸਾਡੇ ਲਈ, ਮੈਂ ਹਮੇਸ਼ਾ ਕਹਿੰਦਾ ਕਿ ਸਾਡੇ ਲਈ ਲੋਕ ਜ਼ਰੂਰੀ ਹੈ, ਪੋਲੀਟੀਕਲ ਪਾਰਟੀਜ਼ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ, ਲੇਕਿਨ ਪੰਜਾਬ ਜਿਹੜਾ ਉਹਨੂੰ ਤਰੱਕੀ ਕਿਵੇਂ ਕਰਨਾ ਹੈ, ਪੰਜਾਬ ਨੂੰ ਬੁਲੰਦੀਆਂ 'ਤੇ ਕਿਵੇਂ ਲੈ ਕੇ ਜਾਣਾ ਔਰ ਪੰਜਾਬ ਨੰਬਰ ਵਨ ਸੂਬਾ ਕਿਵੇਂ ਬਣਾਉਣਾ, ਉਹ ਲੜਾਈ ਅਸੀਂ ਵੀ ਲੜਾਂਗੇ, ਪੋਲੀਟੀਕਲ ਪਾਰਟੀਜ਼ ਵੀ ਜਿਹੜੇ ਜਿਹੜੇ ਆਪਣੇ ਤੌਰ 'ਤੇ ਲੜਦੇ ਹੋਣਗੇ, ਲੇਕਿਨ ਅਸੀਂ ਸਵਾਲ ਕਰਦੇ ਰਹਾਂਗੇ, ਚਾਹੇ ਸਰਕਾਰ ਹੋਵੇ ਚਾਹੇ ਓਪੋਜੀਸ਼ਨ ਹੋਵੇ, ਲੇਕਿਨ ਲੋਕਾਂ ਦੀ ਆਵਾਜ਼ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਪਰੇਸ਼ਾਨ ਨੇ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਮਾਹੌਲ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੇ ਲੈਟ ਡਾਊਨ ਕੀਤਾ ਪਬਲਿਕ ਨੂੰ ਉਸ ਵੇਲੇ, ਮੇਰੇ ਖਿਆਲ ਮੀਡੀਆ ਹਾਊਸ ਜਿਹੜੇ ਆ ਉਹਨਾਂ ਨੂੰ ਹੋਰ ਵੀ ਜ਼ਿੰਮੇਵਾਰੀ ਨਿਭਾਉਣੀ ਪਏਗੀ ਔਰ ਬੜਾ ਮਾਣ ਮਹਿਸੂਸ ਹੁੰਦਾ। ਔਰ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਸਾਡੇ ਜਿਹੜੇ ਪ੍ਰਮੋਟਰਸ ਹੈ ਜਿਹੜੇ ਗੁਰਦੀਪ ਸਿੰਘ ਜੁਝਾਰ ਨੇ, ਉਹਨਾਂ ਨੇ ਹਮੇਸ਼ਾ ਸਾਨੂੰ ਹੌਸਲਾ ਅਫਜ਼ਾਈ ਕੀਤੀ, ਕੋਈ ਪੈਸਿਆਂ ਦੀ ਕਮੀ ਨਹੀਂ ਆਉਣ ਦਿੱਤੀ ਔਰ ਹਮੇਸ਼ਾ ਉਹਨਾਂ ਨੇ ਕਿਹਾ ਕਿ ਤੁਸੀਂ ਚੈਨਲ ਨੂੰ ਨੈਸ਼ਨਲ ਜਾਂ ਇੰਟਰਨੈਸ਼ਨਲ ਚੈਨਲ ਦੇ ਲੈਵਲ ਦਾ ਬਣਾਉਣਾ। ਸੋ ਬਿਲਡਿੰਗ ਬਹੁਤ ਸੋਹਣੀ ਬਣੀ, ਬਹੁਤ ਵਧੀਆ ਬਣੀ, ਵਰਲਡ ਕਲਾਸ ਸਟੂਡੀਓ ਬਣਾਇਆ ਗਿਆ, ਪੈਸਿਆਂ ਦੀ ਕਦੀ ਉਹਨਾਂ ਨੇ ਸਾਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਔਰ ਹਮੇਸ਼ਾ ਸਾਨੂੰ ਇਹ ਕਿਹਾ ਕਿ ਤੁਸੀਂ ਪੰਜਾਬ ਦੀ ਆਵਾਜ਼ ਬਣੋ ਔਰ ਅੱਜ 11 ਮਹੀਨਿਆਂ ਦੇ ਵਿੱਚ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਹਰ ਪੰਜਾਬੀ ਦਾ ਜਿਹੜਾ ਦਿਲੋਂ ਹੈ ਉਹ ਸ਼ੁਕਰੀਆ ਔਰ ਜਿਹੜਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੈ, ਕਿਉਂਕਿ ਇਲੈਕਸ਼ਨ ਦਾ ਦੌਰ ਹੈ, ਮਹਾਂਕੁੰਭ ਚੱਲ ਰਿਹਾ, 2024 ਦੀ ਇਲੈਕਸ਼ਨ ਅਗਲੇ ਹਫ਼ਤੇ, ਸਾਨੂੰ ਇੱਕ ਹਫ਼ਤੇ ਬਾਅਦ ਪਤਾ ਚੱਲੇਗਾ ਕਿ ਆਖਿਰ ਕਿਹੜੀ ਪਾਰਟੀ ਦੇਸ਼ ਦੀ ਅਗਵਾਈ ਕਰੇਗੀ, ਲੇਕਿਨ ਪੰਜਾਬ ਦੀ ਅਗਵਾਈ ਜੇ ਅਗਰ ਮੀਡੀਆ ਹਾਊਸ ਕਰੇਗਾ ਤੇ ਉਹ ਡੇਲੀ ਪੋਸਟ ਕਰੇਗਾ, ਪੰਜਾਬੀਆਂ ਦੀ ਆਵਾਜ਼ ਬਣੇਗਾ, ਚਾਹੇ ਸਰਕਾਰਾਂ ਦੇ ਦਬਾਅ ਹੋਣ ਚਾਹੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੋਵੇ, ਲੇਕਿਨ ਅਸੀਂ ਪੰਜਾਬ ਦੀ ਆਵਾਜ਼ ਹਮੇਸ਼ਾ ਬਣੇ ਰਹਾਂਗੇ ਔਰ ਬਹੁਤ ਬਹੁਤ ਵਧਾਈ ਤੁਹਾਨੂੰ ਵੀ, ਸਾਰੀ ਟੀਮ ਨੂੰ ਔਰ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਸਤਿਕਾਰ ਦਿੱਤਾ ਕਿ ਅੱਜ ਅਸੀਂ ਪੰਜਾਬ ਦੇ ਸਭ ਤੋਂ ਭਰੋਸੇਮੰਦ ਆਵਾਜ਼ ਬਣੇ ਹਾਂ। ਜਤਿੰਦਰ ਜੀ, ਅਜਗਦੀਪ ਜੀ, ਤੁਸੀਂ ਜੁੜੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ। ਨੀਤਿਕਾ ਵੀ ਸਾਡੇ ਨਾਲ ਜੁੜੇ ਹੋਏ ਨੇ। ਨੀਤਿਕਾ ਜੀ, ਤੁਸੀਂ ਹੁਣ ਲੋਕਾਂ ਦੇ ਵਿੱਚ ਜਾ ਕੇ ਵੀ ਆਏ ਹੋ, ਹੈ ਨਾ, ਜਿਵੇਂ ਅਜਗਦੀਪ ਸਰ ਵੀ ਗੱਲ ਕਰ ਰਹੇ ਸੀ ਕਿ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ, ਆਪਾਂ ਜਦੋਂ ਲੋਕਾਂ ਦੇ ਵਿੱਚ ਜਾਂਦੇ ਹਾਂ ਤਾਂ ਉਦੋਂ ਅਸਲੀਅਤ ਪਤਾ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਕਿਸੇ ਵੀ ਲਾਈਨ ਦੇ ਵਿੱਚ ਹਾਂ, ਅਗਰ ਲੋਕਾਂ ਦਾ ਸਾਥ ਮਿਲੇ ਤਾਂ ਫਿਰ ਬੜਾ ਸੁਖਾਲਾ ਹੋ ਜਾਂਦਾ ਅੱਗੇ ਚੱਲਣਾ, ਉਸ ਮੰਜ਼ਿਲ ਦੇ ਉੱਤੇ ਪਹੁੰਚਣਾ, ਉਸ ਟੀਚੇ ਦੇ ਉੱਤੇ ਪਹੁੰਚਣਾ ਜਿਸ ਬਾਰੇ ਤੁਸੀਂ ਸੋਚਿਆ ਹੋਇਆ। ਲੋਕਾਂ ਦੇ ਵਿੱਚ ਗਏ, ਕੀ ਕੁਝ ਗੱਲਾਂ ਲੋਕਾਂ ਨੇ ਖਾਸ ਕਹੀਆਂ ਔਰ ਲੋਕਾਂ ਦੇ ਵੱਲੋਂ ਕੀ ਕੁਝ ਅਜਿਹਾ ਦੱਸਿਆ ਗਿਆ ਜਿਹੜਾ ਲੱਗਦਾ ਕਿ ਆਪਣੇ ਹੋਰ ਵੀ ਅੱਗੇ ਚੱਲ ਕੇ ਉਹ ਕੰਮ ਆਏਗਾ? ਜਤਿੰਦਰ, ਦੇਖੋ ਸਾਡੇ ਨਾਲ ਹਮੇਸ਼ਾ ਤੋਂ ਕੀ ਹੁੰਦਾ, ਕਿਉਂਕਿ 12 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਗਿਆ, 24 ਸਾਲ ਦਾ ਜਗਦੀਪ ਜੀ ਦਾ ਐਕਸਪੀਰੀਅੰਸ ਹੈ। ਅਸੀਂ ਜਦੋਂ ਪਿੰਡਾਂ ਦੇ ਵਿੱਚ ਗਏ ਤਾਂ ਲੋਕਾਂ ਨੇ ਪਛਾਣਨਾ ਸ਼ੁਰੂ ਕੀਤਾ, ਲੋਕਾਂ ਨੇ ਕਿਹਾ ਹਾਂ ਤੁਸੀਂ ਡੇਲੀ ਪੋਸਟ ਵਾਲੇ ਹੋ ਨਾ, ਤੁਹਾਡਾ ਅਸੀਂ ਹਰ ਰੋਜ਼ ਸ਼ੋਅ ਦੇਖਦੇ ਹਾਂ। ਇਹ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਸਾਡੇ ਲਈ ਇੱਕ ਤਾਜ ਹੁੰਦਾ ਜਦੋਂ ਲੋਕ ਤੁਹਾਨੂੰ ਪਛਾਣਨਾ ਸ਼ੁਰੂ ਕਰ ਦੇਣ, ਯਾਨੀ ਕਿ ਲੋਕਾਂ ਦੇ ਘਰ ਤੱਕ ਅਸੀਂ ਪਹੁੰਚ ਚੁੱਕੇ ਹਾਂ। ਖਾਸ ਕਰਕੇ ਅਸੀਂ ਰੂਰਲ ਏਰੀਆ ਦੀ ਗੱਲ ਕਰੀਏ, ਕਿਉਂਕਿ ਅਸੀਂ ਪਿੰਡਾਂ ਪਿੰਡਾਂ ਵਿੱਚ ਗਏ, ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਰਿਪੋਰਟਰਸ ਨੇ, ਚਾਹੇ 42 ਡਿਗਰੀ ਟੈਂਪਰੇਚਰ ਹੋਵੇ, 43 ਡਿਗਰੀ ਟੈਂਪਰੇਚਰ ਹੋਵੇ, ਕਿਸ ਤਰ੍ਹਾਂ ਸੱਥ ਦੇ ਵਿੱਚ ਜਾ ਕੇ ਲੋਕਾਂ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਚੁੱਕ ਰਹੇ ਨੇ। ਤਾਂ ਰੂਰਲ ਏਰੀਆ ਦੀ ਜੇ ਗੱਲ ਕੀਤੀ ਜਾਵੇ, ਤੁਸੀਂ ਦੇਖੋ ਕਿ ਸਾਡੀ TRP ਜਿਹੜੀ ਹੈ ਲਗਾਤਾਰ ਉੱਥੇ ਵੱਧ ਰਹੀ ਹੈ। ਵੀਕ ਦੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਜਗਦੀਪ ਜੀ ਵੀ ਦੱਸ ਰਹੇ ਸੀਗੇ ਕਿ ਹਰ ਥਰਸਡੇ ਜਿਹੜੀ ਹੈ ਸਾਡੀ TRP ਆਉਂਦੀ ਹੈ, ਤਾਂ 17ਵਾਂ ਜਿਹੜਾ ਹਫ਼ਤਾ ਸੀਗਾ ਉਦੋਂ ਸਾਡੀ TRP ਕਰੀਬ 19.39 ਸੀ, ਯਾਨੀ ਕਿ 20 ਦੇ ਕਰੀਬ ਸੀ, ਅਤੇ ਉਹ ਵੱਧ ਕੇ ਹੁਣ 23.62 ਹੋ ਗਈ ਹੈ, ਯਾਨੀ ਕਿ ਪਹਿਲੇ ਨੰਬਰ 'ਤੇ ਅਸੀਂ ਰੂਰਲ ਏਰੀਆ ਦੇ ਵਿੱਚ ਆ ਗਏ ਹਾਂ। ਅਤੇ ਦੂਜੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਅਸੀਂ ਕਰੀਬ
8% ਜਿਹੜਾ ਅੱਗੇ ਆ ਰੂਰਲ ਏਰੀਆ ਦੇ ਵਿੱਚ, ਤਾਂ ਕਹਿ ਸਕਦੇ ਪਿੰਡਾਂ ਦੇ ਵਿੱਚ ਲੋਕ ਸਾਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਇਸ ਦੇ ਨਾਲ ਹੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਜਿਹੜੇ ਨੇ ਸਭ ਤੋਂ ਜ਼ਿਆਦਾ ਡੇਲੀ ਪੋਸਟ ਨੂੰ ਪਸੰਦ ਕਰ ਰਹੇ ਨੇ। ਇਸ ਦਾ ਕਾਰਨ ਇਹ ਵੀ ਹੋ ਸਕਦਾ, ਇੱਕ ਤਾਂ ਅਸੀਂ ਜਿਹੜੀ ਲੈਂਗੁਏਜ ਹੈ ਉਸਨੂੰ ਮਰਿਆਦਾ ਦਾ ਜਿਹੜਾ ਅਸੀਂ ਖਿਆਲ ਰੱਖਦੇ ਹਾਂ ਹਮੇਸ਼ਾ, ਨਾਲ ਹੀ ਲੇਮੈਨ ਲੈਂਗੁਏਜ ਜਿਹੜੀ ਆ ਉਹ ਅਸੀਂ ਯੂਜ਼ ਕਰਦੇ ਹਾਂ। ਇਸ ਦੇ ਨਾਲ ਹੀ ਲੋਕਾਂ ਨਾਲ ਜੁੜੇ ਹੋਏ, ਨੌਜਵਾਨਾਂ ਨਾਲ ਜੁੜੇ ਹੋਏ ਮੁੱਦੇ ਜਿਹੜੇ ਆ ਉਹ ਅਸੀਂ ਲਗਾਤਾਰ ਦਿਖਾ ਰਹੇ ਹਾਂ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਾਂ, ਨਾ ਸਿਰਫ ਰੂਰਲ ਏਰੀਆ ਬਲਕਿ ਜੇ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕ ਸਾਡੇ ਟੌਪਿਕਸ ਨੂੰ ਬਹੁਤ ਪਸੰਦ ਕਰ ਰਹੇ ਨੇ। ਅਤੇ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਤੁਸੀਂ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਨੂੰ ਲੱਗਦਾ ਕੁਛ ਹੋਰ ਸਾਨੂੰ ਚੇਂਜਿਸ ਕਰਨ ਦੀ ਜ਼ਰੂਰਤ ਹੈ, ਕੁਛ ਹੋਰ ਉਹ ਦੇਖਣਾ ਚਾਹੁੰਦੇ ਨੇ ਤਾਂ ਸਾਨੂੰ ਜ਼ਰੂਰ ਸੰਪਰਕ ਕਰਨ, ਤਾਂ ਕਿ ਅਸੀਂ ਉਹ ਕੰਟੈਂਟ ਜਿਹੜਾ ਉਹ ਜ਼ਰੂਰ ਦਿਖਾ ਸਕੀਏ। ਪਰ ਧੰਨਵਾਦ ਜਿਹੜਾ ਉਹ ਜ਼ਰੂਰ ਮੈਂ ਕਹਿਣਾ ਚਾਹੂੰਗੀ ਜਤਿੰਦਰ, ਸਾਡੇ ਵਿਊਅਰਸ ਨੂੰ, ਕਿਉਂਕਿ ਉਹਨਾਂ ਦਾ ਹੀ ਪਿਆਰ ਹੈ ਜਿਸ ਦੇ ਸਦਕੇ ਅਸੀਂ ਹੁਣ ਪਹਿਲੇ ਨੰਬਰ 'ਤੇ ਜਿਹੜੇ ਆ ਆ ਗਏ ਹਾਂ। ਬਹੁਤ ਸ਼ੁਕਰੀਆ। ਠੀਕ ਹੈ ਅਨਿਤਿਕਾ, ਤੁਸੀਂ ਜੁੜੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਔਰ ਇੱਕ ਵਾਰ ਫਿਰ ਤੋਂ ਅਸੀਂ ਉਹਨਾਂ ਤਮਾਮ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਇੰਨੇ ਘੱਟ ਸਮੇਂ ਦੇ ਵਿੱਚ ਇਹ ਪਿਆਰ ਦਿੱਤਾ ਗਿਆ। ਔਰ ਹਮੇਸ਼ਾ ਕੋਸ਼ਿਸ਼ ਇਹੀ ਰਹੇਗੀ ਕਿ ਜੋ ਅਸਲ ਖਬਰ ਹੈ ਉਹੀ ਦਿਖਾਉਂਦੇ ਰਹੀਏ, ਔਰ ਕਿਸੇ ਤਰ੍ਹਾਂ ਵੀ ਬਾਇਸ ਨਾ ਹੋਈਏ, ਕਿਸੇ ਵੀ ਸਿਆਸੀ ਜੋ ਪਾਰਟੀ ਹੈ ਉਸ ਵੱਲ ਸਾਡਾ ਝੁਕਾਅ ਨਾ ਹੋਵੇ। ਅਤੇ ਇਸੇ ਗੱਲ ਦੀ ਉਮੀਦ ਅਸੀਂ ਕਰਾਂਗੇ ਕਿ ਲੋਕ ਵੀ ਉਸ ਚੀਜ਼ ਦਾ ਸਾਨੂੰ ਪਿਆਰ ਇਸੇ ਤਰ੍ਹਾਂ ਦਿੰਦੇ ਰਹਿਣ। ਔਰ ਇਸੇ ਤਰੀਕੇ ਦੇ ਨਾਲ ਹੀ ਇੱਕ ਦਿੱਲੀ ਤੋਂ ਬਹੁਤ ਵੱਡੀ ਜੋ ਖਬਰ ਹੈ ਇਸ ਵਕਤ ਦੀ, ਤਾਂ ਉਹ ਤੁਹਾਨੂੰ ਅਸੀਂ ਜਲਦ ਹੀ ਦਿਖਾਵਾਂਗੇ। ਪਰ ਫਿਲਹਾਲ ਜੋ ਪਿਆਰ ਪੰਜਾਬੀਆਂ ਨੇ ਦਿੱਤਾ ਉਸ ਦੇ ਲਈ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ।